ਕੇ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਦੀ ਐਕਸਪੋਜ਼ ਕਰੂੰਗਾ। ਅੱਜ ਤੱਕ ਕਿਸੇ ਨੇ ਕੀਤਾ ਨਹੀਂ, ਕਿਉਂਕਿ ਜਿੰਨੀ ਚੋਰੀ ਹੁੰਦੀ ਹੈ ਉਹ ਕੋਵਰਟ ਆਪਰੇਸ਼ਨ ਨੇ, ਜਿਹਨੂੰ ਕਹਿੰਦੇ ਛੁਪਾ ਰੁਸਤਮ ਬਣ, ਇਹਦਾ ਪਤਾ ਨਾ ਲੱਗੇ। ਇਹ ਲੋਕਾਂ ਦਾ ਬੇਵਕੂਫ ਵੀ ਉਸੇ ਤਰੀਕੇ ਨਾਲ ਬਣਾ। ਤੁਸੀਂ ਦੇਖੋ ਕੀ ਪ੍ਰੋਜੈਕਸ਼ਨ ਹੈ, ਇਕੱਲੇ ਬੈਂਕਾਂ ਤੋਂ ਜਿਹੜੇ ਲੋਨ ਲਏ ਉਹਦੀ ਪ੍ਰੋਜੈਕਸ਼ਨ, ਔਰ ਕਹਿੰਦੇ ਆ ਵੀ ਪਹਿਲੇ ਸਾਲ ਅਸੀਂ 31,000 ਕਰੋੜ ਚੁੱਕਿਆ। ਮੈਂ ਦਾਅਵੇ ਨਾਲ ਕਹਿੰਦਾ ਕਿ ਇਹਨਾਂ ਨੇ ਜਿਹੜਾ ਬਜਟ ਅੱਜ ਪੇਸ਼ ਕੀਤਾ 2-4 ਦਿਨ ਪਹਿਲਾਂ, ਉਹ 'ਚ ਪਹਿਲੇ ਸਾਲ 47,212 ਕਰੋੜ ਰੁਪਈਏ, ਦੂਸਰੇ ਸਾਲ 44,000 ਦੂਸਰੇ ਸਾਲ 44,000 ਤੋਂ ਉੱਤੇ। ਮਤਲਬ ਕਿ ਇਹਨਾਂ ਲੋਕਾਂ ਨੇ ਬੌਂਡਸ ਦੇ ਕਰਜ਼ੇ ਲਏ, ਸਮਝੋ, ਇਹਨਾਂ ਲੋਕਾਂ ਨੇ ਹੋਰ ਲੋਨਸ ਲਏ। ਔਰ ਸਭ ਤੋਂ ਵੱਡੀ ਜਿਹੜੀ ਸ਼ਰਮਨਾਕ ਗੱਲ ਹੈ, ਜਿਹੜੀ ਕਿ ਸਾਰੀਆਂ ਹੱਦਾਂ ਤੋੜਦੀ ਹੈ, ਜਿਹੜੀ ਕਿ ਇਹ ਇਸਤਕਬਾਲ ਕਰਦੀ ਹੈ ਕਿ ਪੰਜਾਬ ਰੌਕ ਬੌਟਮ ਹੈ ਫਾਈਨੈਂਸ਼ੀਅਲ ਦੇ ਮਾਮਲੇ 'ਚ, ਰੌਕ ਬੌਟਮ ਹਿੰਦੁਸਤਾਨ 'ਚ ਜਿਹੜਾ ਸੂਬਾ ਨੰਬਰ 1 ਸੀ ਉਹ ਰੌਕ ਬੌਟਮ ਹੈ ਡੈਟ GDP ਰੇਸ਼ੋ, ਡੈਟ GDP ਰੇਸ਼ੋ ਦਾ ਜਿੱਥੇ ਤੱਕ ਉਹ ਹੈ ਨਾ, ਤੇ RBI ਕਹਿੰਦਾ ਹੈ ਵੀ ਡੈਟ GDP ਰੇਸ਼ੋ ਦੀ 33% ਤੋਂ ਉੱਤੇ ਤੁਸੀਂ ਕਰਜ਼ਾ ਨਹੀਂ ਲੈ ਸਕਦੇ, ਤੇ ਜੇ ਤੁਹਾਡੀ ਇਨਕਮ ਇੰਨੀ ਹੈ ਤੇ ਖਰਚੇ ਇੰਨੇ ਹੈ, ਉਹਨੂੰ ਆਪਾਂ ਕਹਿੰਦੇ ਫਿਸਕਲ ਡੈਫਿਸਿਟ, ਤੇ ਉਹ 3.5% GDP ਜਿੰਨੀ ਹੈ ਉਸ ਤੋਂ ਵੱਧ ਨਹੀਂ ਲੈ ਸਕਦੇ। ਹਜ਼ੂਰ ਇਹਨਾਂ ਲੋਕਾਂ ਦੀ ਬੇਸ਼ਰਮੀ ਦੇਖੋ, ਇਹਨਾਂ ਨੇ ਪੰਜਾਬ ਰਿਸਪੋਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਦੀ ਅਮੈਂਡਮੈਂਟਾਂ ਕੀਤੀਆਂ ਦੋ, ਵੀ ਹੁਣ ਸਾਨੂੰ ਜਿੰਨਾ ਮਰਜ਼ੀ ਕਰਜ਼ਾ ਲਈਏ ਇਹ ਕਿਸੇ ਨੂੰ ਨਹੀਂ ਦੱਸਦੇ। ਮੈਂ ਕਹਿ ਰਿਹਾ ਤੁਹਾਨੂੰ, ਆਹ ਦੇਖੋ ਜੀ, ਪੰਜਾਬ ਰਿਸਪੋਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਅਮੈਂਡਮੈਂਟ 2023 ਕੀ ਕਹਿ ਰਿਹਾ, ਸ਼ੇਮਲੈਸਲੀ ਮੈਂਸ਼ਨਸ unforeseen demands of state government arising out of internal disturbance or such other exceptional grounds to enhance their loan limit and debt to GDP ratio as specified by the finance commission of india. ਇਹਨੂੰ ਤੋੜਦੇ ਆ ਅਸੀਂ, ਜਿੰਨਾ ਮਰਜ਼ੀ ਕਰਜ਼ਾ ਚੁੱਕੀਏ ਤੇ ਵਾਪਸ ਕੌਣ ਕਰੂ, ਤੁਹਾਡਾ ਭਾਈਆ ਜਾਂ ਪੰਜਾਬ ਦੇ ਲੋਕ ਕੌਣ ਵਾਪਸ ਕਰੂ? ਸਰ ਮੈਂ ਤੁਹਾਨੂੰ ਅੱਜ ਕਹਿ ਰਿਹਾ, ਲਿਖਿਓ ਡਟ ਕੇ, ਇਹਨੂੰ ਇਹ ਤਾਂ ਹੀ ਬੋਲਦਾ ਨਹੀਂ ਇਹਨਾਂ ਗੱਲਾਂ ਤੇ, ਕਿਉਂਕਿ ਇਹਦੇ ਕੋਲ ਜਵਾਬ ਹੈ ਨਹੀਂ। ਕਿਤਨਾ ਪਰਸੈਂਟੇਜ ਸਰ, ਕਿਤਨਾ GSDP ਦਾ ਕੂਪਨ ਕਿਤਨਾ ਕਰਦੇ ਜੀ? ਦੇਖੋ ਪਹਿਲੇ ਡੈਟ ਟੂ GDP ਪੰਜਾਬ ਦਾ ਹਾਈਐਸਟ ਹੈ, ਅਬ 52 ਕੇ ਕਰੀਬ ਹੈ, 60 ਪੇ ਸ਼੍ਰੀਲੰਕਾ ਹੈ। ਸਰ ਦੇਖੋ ਤੋ ਸਹੀ, ਮੈਂ ਆਪਕੋ ਸਮਝਾਤਾ ਹੂੰ ਕਿ ਕਿਸ ਤਰੀਕੇ ਸੇ ਕਰਜ਼ਾ ਬੜ ਰਹਾ ਹੈ। ਦੇਖਿਏ ਜਬ ਯੇ ਆਏ ਤੋ ਮੈਂ ਕਨਫਰਮ ਕਰਤਾ ਹੂੰ, 2.85-2.82 ਦਾ 280 2,80,000 ਕਰੋੜ ਰੁਪਿਆ ਕਰਜ਼ਾ ਦਾ ਸਾਲ, ਇਹ ਕਿੰਨੇ ਸਾਲਾਂ ਚ? ਇਹ 24-25 ਸਾਲਾਂ ਦੇ ਵਿੱਚ, 1998 ਤੋਂ ਸ਼ੁਰੂ ਹੋਇਆ, ਇਨ 25 ਈਅਰਸ ਦੀ ਲੋਨ ਔਨ ਪੰਜਾਬ ਵਾਸ 2,80,000। ਸਰ ਇਹ ਆਪਣੇ 5 ਸਾਲਾਂ ਦੇ ਵਿੱਚ 2,50,000 ਕਰੋੜ ਦਾ ਕਰਜ਼ਾ, ਦੈਟ ਇਜ਼ ਫਾਈਨੈਂਸ਼ੀਅਲ ਐਮਰਜੈਂਸੀ ਬਾਈ ਐਨੀ ਸਟੈਂਡਰਡ। ਮਤਲਬ ਇਹ ਲੋਕ ਵਾਪਸ ਕਰਨਗੇ, ਇਹਨਾਂ ਨੇ ਵਾਪਸ ਨਹੀਂ ਕਰਨਾ। ਤੁਸੀਂ ਦੇਖੋ ਕਿ ਅੱਜ ਜਿਹੜਾ ਡੈਟ ਹੈ, ਤੁਸੀਂ ਦੇਖੋ ਪਹਿਲੇ ਸਾਲ ਦਾ, ਮੈਂ ਜਿਹੜੀ ਪਿਛਲੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਬਜਟ ਤੋਂ 1 ਦਿਨ ਪਹਿਲਾਂ,
ਆਲ ਦੀ ਆਰ ਕਨਸੀਲਡ ਦੇ ਹੈਵ ਕਨਸੀਲਡ ਮੋਰ ਐਂਡ ਰਿਵੀਲਡ ਲੈਸ ਇਸੇ ਤਰ੍ਹਾਂ ਇਹ ਲੋਕਾਂ ਦਾ ਬੇਵਕੂਫ ਬਣਾਉਂਦੇ ਆ ਇਹ ਦੱਸਦੇ ਹੀ ਨਹੀਂ ਪੱਚੀ ਸਾਲਾਂ ਚ 98 ਤੋਂ ਲੈ ਕੇ 2022 ਚ ਠੀਕ ਹੈ 24-25 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ 2,80,000 ਕਰੋੜ ਕਾਂਗਰਸ ਦੀ ਸਰਕਾਰ ਐਂਡ ਦੇ ਵਿੱਚ 20,000 ਕਰੋੜ ਸਾਲ ਦਾ ਚੜਾਉਣੀ ਤੇ ਅਕਾਲੀ ਦਲ 15,000 ਲਾਸਟ ਸਾਲ ਦੇ ਵਿੱਚ ਉਹ 32,000 ਕਰੋੜ ਚੜਾ ਗਏ ਸੀਗੇ ਸਾਨੂੰ ਮਾਰਨ ਲਈ ਇੰਟੈਂਸ਼ਨ ਫਿਰ ਵੀ 1,50,000 ਕਰੋੜ ਚੜਾਉਣਾ ਠੀਕ ਹੈ ਜੀ 81 ਉਹਨਾਂ ਦੇ ਹੋਇਆ ਤੇ 5 ਸਾਲਾਂ 'ਚ 20,000 ਕਰੋੜ ਚਾ ਕੇ 2,80 ਸਾਡਾ ਇਹ 2 ਸਾਲਾਂ 'ਚ 91,000 ਕਰੋੜ ਇਹਨਾਂ ਦੀ ਆਪਦੀ ਉਹ ਹੈ 2 ਸਾਲਾਂ 'ਚ 91,000 ਕਰੋੜ ਤੁਸੀਂ ਜੇ 45,000 ਕਰੋੜ ਰੁਪਈਆ ਵੀ ਲਾਓ ਤੇ ਉਹਦੇ ਉੱਤੇ ਐਸਕਲੇਸ਼ਨ ਲਾਓ 2,50,000 ਕਰੋੜ ਰੁਪਈਆ ਸਾਰੇ 5 ਸਾਲਾਂ 'ਚ ਚੜਾ ਦੇਣਗੇ ਇਹ ਬਦਲਾਵ ਕਰਨਾ ਹੈ ਜੀ ਇਹ ਬਦਲਾਵ ਹੈ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਵੀ ਇਹਨੂੰ ਸਵਾਲ ਪੁੱਛਣ ਔਰ ਇਹ ਲੋਕਾਂ ਨੂੰ ਜਵਾਬ ਦੇਵੇ ਔਰ ਇਹ ਕਹਿ ਕੇ ਆਇਆ ਵੀ ਹੈਵ ਡਿਮਾਂਡਡ ਐਨ ਇੰਡੀਪੈਂਡੈਂਟ ਆਡਿਟ ਆਫ ਇਵੈਲਿਊਏਸ਼ਨ ਇੰਡੀਪੈਂਡੈਂਟ ਆਡਿਟ ਆਫ ਇਵੈਲਿਊਏਸ਼ਨ ਥਰੂ ਫਾਈਨੈਂਸ਼ੀਅਲ ਐਕਸਪਰਟਸ ਹੈ ਸਰਦਾਰ ਰਣਜੀਤ ਸਿੰਘ ਘੁੰਮਣ ਸਾਹਿਬ ਜਿਹੜੇ ਪ੍ਰੋਫੈਸਰ ਆਫ ਐਮੀਨੈਂਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਫੋਰ ਵਾਰਨ ਕੀਤਾ ਉਹਨਾਂ ਦੀਆਂ ਚਿੱਠੀਆਂ ਨਾਲ ਲਾ ਕੇ ਆਇਆ ਜਿਨ੍ਹਾਂ ਨੇ ਫਾਈਨੈਂਸ ਕਮਿਸ਼ਨ ਦੀ ਜਿਹੜੀ 73rd ਅਮੈਂਡਮੈਂਟ 74th ਅਮੈਂਡਮੈਂਟ ਵੀ ਜੀ ਆਹ ਕਾਰਪੋਰੇਸ਼ਨਾਂ ਨੂੰ ਦੇਣਾ ਪੰਜੀਆਂ ਨਹੀਂ ਦੇਣ ਵੀ ਆਹ ਕਾਰਪੋਰੇਸ਼ਨਾਂ ਨੂੰ ਇੱਦਾਂ ਪੈਸੇ ਦੇਣੇ ਆ ਆਹ ਸਰਪੰਚਾਂ ਨੂੰ ਇੱਦਾਂ ਪੈਸੇ ਦੇਣੇ ਆ ਉਹ ਤਾਂ ਕਹਿੰਦਾ ਹੁੰਦਾ ਸੀ ਪੱਟੂ 25,000 ਰੁਪਈਆ ਸਰਪੰਚ ਨੂੰ ਤੇ 10,000 ਰੁਪਈਏ ਪੰਚਾਂ ਨੂੰ ਹੈ ਜੀ ਇਹ ਉਹਨਾਂ ਦੀਆਂ ਰਿਕਮੈਂਡੇਸ਼ਨਾਂ ਨੇ ਜਿਹੜੀਆਂ ਓਪਨਲੀ ਫਲਾਊਟਡ ਨੇ ਸਰ ਇਹ ਨਾਲ ਅਟੈਚ ਨੇ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਮੈਂ ਕਿਹਾ ਦਿਸ ਇਜ਼ ਆਲਰੇਡੀ ਫਾਰ ਇਰਰੀਪੇਰੇਬਲ ਡੈਮੇਜ ਐਂਡ ਫਾਈਨੈਂਸ਼ੀਅਲ ਐਮਰਜੈਂਸੀ ਇਹਦਾ ਰਿਜ਼ਲਟ ਕੀ ਹੁੰਦਾ ਇਹਦਾ ਰਿਜ਼ਲਟ ਆਉਂਦਾ ਹੈ ਕਿ ਪੰਜਾਬ ਦੇ ਲੋਕ ਸਾਰੇ ਕਿ ਪੈਸੇ ਮੋੜ ਗਏ ਇਨਡਾਇਰੈਕਟ ਟੈਕਸਿਸ ਮੋੜ ਨਹੀਂ ਸਕਦੇ ਉਹ ਜਿਹੜੇ ਇਨਡਾਇਰੈਕਟ ਟੈਕਸ ਵੀ ਨੇ ਉਹ 67,000 ਕਰੋੜ ਰੁਪਏ ਹੋ ਗਏ ਸੀ ਅਗਲੇ ਸਾਲ 75 ਹੋ ਲੂਣ ਤੇ ਤੇਲ ਤੇ ਐਕਸਾਈਜ਼ ਡਿਊਟੀ ਤੇ ਇਹ ਕਹਿੰਦੇ ਜੀ ਉਹ ਤਾਂ ਸੈਂਟਰ ਲਾਉਂਦਾ ਕਿਉਂ ਅੱਧੇ ਤੁਸੀਂ ਲੈਂਦੇ ਨਹੀਂ ਜੇ ਸਰਵਿਸ ਟੈਕਸ ਹੁੰਦਾ ਅੱਧੇ ਤੁਸੀਂ ਲੈਂਦੇ ਹੋ ਜੀਐਸਟੀ ਹੁੰਦੀ ਹੈ ਤਾਂ ਤੁਸੀਂ ਅੱਧੇ ਲੈਂਦੇ ਹੋ ਹਰ ਚੀਜ਼ 'ਚ ਤੁਹਾਡਾ ਸ਼ੇਅਰ ਹੈ ਤੁਸੀਂ ਵਾਪਸ ਲੈਂਦੇ ਹੋ ਇਹ ਤਾਂ ਚੀਕਾਂ ਮਾਰਦੇ ਹੋ ਉੱਚੀ ਹਾਂਜੀ ਇਹ ਤੁਸੀਂ ਲੈਂਦੇ ਹੋ ਇਹਦਾ ਰਿਜ਼ਲਟ ਬ੍ਰੋਕਨ ਪ੍ਰੋਮਿਸ ਕਿ ਜੋ ਸੁਪਨੇ ਦਿਖਾਏ ਸੀ ਜੋ ਮਾਇਆ ਜਾਲ ਬੁਣਿਆ ਸੀ ਮਾਇਆ ਜਾਲ ਹੁੰਦਾ ਨਾ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਜਾਲ 'ਚ ਫਸਦਾ ਇਹ ਤੇ ਉਹ ਉਸ ਹਾਲਾਤ ਦੇ ਵਿੱਚ ਨੇ ਸਭ ਤੋਂ ਪਹਿਲਾ ਮਾਇਆ ਜਾਲ ਕਿ ਅਸੀਂ ਫਾਈਨੈਂਸ਼ੀਅਲੀ ਸਫੀਸ਼ੀਐਂਟ ਹੋ ਜਾਾਂਗੇ ਇਹਨਾਂ ਦਾ ਸੁਪਰੀਮੋ ਕੇਜਰੀਵਾਲ 54,000 ਕਰੋੜ ਰੁਪਏ ਕਹਿੰਦਾ ਮੈਂ ਜੇਲ੍ਹ 'ਚ ਪਾ ਕੇ ਚੱਲਿਆ ਪਹਿਲੇ ਮਹੀਨੇ 54,000 ਕਰੋੜ ਰੁਪਏ 34 ਬਜਟ 'ਚੋਂ 20,000 ਸੈਂਟ 'ਚੋਂ ਕਿੱਥੇ ਨੇ ਬਈ ਹੋ ਗੁਰੂ ਦੱਸ ਮੈਂ ਪੁੱਛਦਾ ਭੱਜਦੇ ਹੋ ਜਵਾਬ ਦਿੰਦੇ ਹੋ ਸੰਤਰਿਆਂ ਦਾ ਇਹੋ ਜਿਹੇ ਸਵਾਲਾਂ ਦਾ ਜਵਾਬ ਦੇਣਾ ਮੈਂ ਪੁੱਛਦਾ 1,000 ਰੁਪਈਆ ਤੂਵੇ ਮੈਨੂੰ ਔਰ ਤੁਸੀਂ ਬੇਇੱਜ਼ਤੀ ਕਰਦੇ ਹੋ ਉਹਨਾਂ ਦੀ ਕਿੰਨੇ ਸਾਲ ਹੋ ਗਏ ਹੋਏ ਹੈ 36,000 ਟੀਚਰ ਹਰੀ ਸਿਆਹੀ ਕਿੱਥੇ ਆ ਹਰੀ ਸਿਆਹੀ ਮੁੱਕੀ ਮੈਂ ਦੇ ਦੇਣਾ ਹੈ ਕਹਿੰਦੇ ਜੀ ਅੱਜ ਕੀ 9,000 ਨੂੰ ਅਸੀਂ ਨੌਕਰੀ ਦੇ 8,000 ਰਿਟਾਇਰ ਹੋ ਗਏ ਹੈਜੀ ਮਨਰੇਗਾ ਦਾ ਡਬਲ ਮੰਗ ਰਹੇ ਹੁਣ ਕਿਸਾਨ ਕਹਿੰਦੇ ਜੀ 400 ਛੱਡਦਾ ਨਹੀਂ ਲੇਬਰ ਲੂਬਰ ਨੂੰ ਤੁਸੀਂ ਸਾਨੂੰ 800 ਦਿਓ ਠੀਕ ਹੈ ਇਹਨਾਂ ਤੋਂ ਜਿਹੜਾ ਪਿਛਲਾ ਮਨਰੇਗਾ ਉਹਦੇ 35% ਦਿੱਤਾ ਨਹੀਂ
ਓਲਡ ਪੈਨਸ਼ਨ ਸਕੀਮ ਅਨਾਊਂਸ ਕਰਤੀ ਪਿਓ ਵਾਲੀ, ਕੈਬਨਿਟ ਚ ਪਾਸ ਕਰਤੀ। ਉਹ ਵਾਹ ਤੇਰੇ, ਉਹ ਵਾਹ ਤੇਰੇ ਫਰੇਬੀ ਆਦਮੀ, ਹੈਂ ਪੱਲੜੀ ਧੇਲਾ ਕਰਦੀ ਮੇਲਾ ਮੇਲਾ, ਸਾਹਮਣੇ ਆ ਕੇ ਖੜਨਾ ਸਿੱਧੂ ਦੇ ਤੇ ਪੱਟ ਦਿਓ ਕੱਢ ਗੱਠ ਬਣ ਕੇ ਸਿਰ ਤੂੰ। ਚੀਫ ਮਿਨਿਸਟਰ ਸਾਹਿਬ ਹੈਂ ਚੁਟਕਲੇ ਸੁਣਾਏਗਾ, ਇਹ ਚੁਟਕਲਿਆਂ ਨਾਲ ਉੱਤਰ ਦੇ ਨਾ, ਦੇ ਨਾ ਉੱਤਰ। ਓਲਡ ਪੈਨਸ਼ਨ ਸਕੀਮ ਹਲੇ ਤੱਕ ਜਿਹੜੇ ਬੰਦੇ ਫੁੱਲ ਸਿੱਟਦੇ ਹੁੰਦੇ ਸੀ ਇਹਨਾਂ ਦੇ, ਇੱਟਾਂ ਮਾਰਦੇ ਹੋ, ਜਿੱਥੇ ਜਾਂਦਾ ਹੈ ਉੱਥੇ 1200 ਬੰਦੇ ਉਹਨਾਂ ਨੂੰ ਐਡਰੈਸ ਕਰਦਾ ਹੈ ਜੀ। ਜਿਹੜੇ ਪਿੰਡ ਨੇ ਉਹ ਅਸਲਾ ਜ਼ਬਤ ਕਰਾਉਂਦੇ ਪਏ, ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ਼ ਜਿਹੜਾ ਧੂਈ ਥੱਲੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ। ਤੁਹਾਡੀ ਕਿਹੜੀ ਅਕਾਊਂਟੇਬਿਲਿਟੀ ਹੈ, ਤੁਹਾਡੀ ਕਿਹੜੀ ਟ੍ਰਾਂਸਪੇਰੈਂਸੀ ਹੈ? ਇਹ ਲੋਕਾਂ ਦੇ ਪੈਸੇ ਨਹੀਂ ਤੇਰੇ, ਨਹੀਂ ਗੇ ਮਿੱਤਰਾ, ਤੇ ਮੈਂ ਲੋਕਾਂ ਦੇ ਪੈਸੇ, ਮੇਰਾ ਤੇਰੇ ਨਾਲ ਕੋਈ ਉਹ ਨਹੀਂ ਹੈ, ਠੀਕ ਹੈ। ਤੂੰ ਦੱਸ ਵੀ ਇਹ ਲੋਕਾਂ ਦੇ ਪੈਸੇ ਹੈ ਜਿਹੜੇ ਤੂੰ ਖਰਚ ਰਿਹਾ? ਤੂੰ ਤਾਂ ਪੱਤਰੇ ਵਾਹ ਕੇ ਪਾਰ ਜਾਏਗਾ, ਲੋਕ ਪੈਸੇ ਦਿੰਦੇ ਫਿਰਨਗੇ, ਫਾਈਨੈਂਸ਼ੀਅਲ ਐਮਰਜੈਂਸੀ ਲੋਕ ਭੁਗਤਦੇ ਫਿਰਨਗੇ। ਸਭ ਤੋਂ ਵੱਧ ਜਵਾਕ ਜੰਮਦਾ ਨਾ ਤੇ 1.25 ਲੱਖ ਦਾ ਕਰਜ਼ਾ ਉਹਦੇ ਸਿਰ ਤੇ। ਜਿਹੜਾ ਸਟੇਟ ਨੰਬਰ 1 ਦੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨਕਮ ਚ, ਅੱਜ 15,000 ਰੁਪਏ ਮਹੀਨਾ ਕਮਾ, ਬਾਹਰ ਕਿਉਂ ਜਾਂਦੇ ਆ? ਉੱਥੇ 5 ਲੱਖ ਰੁਪਈਆ ਮਹੀਨਾ ਕਮਾ, 7 ਲੱਖ ਰੁਪਈਆ ਮਹੀਨਾ ਕਮਾਉਂਦੇ ਜਿਹੜੇ ਟਰਾਲੇ ਚਲਾਉਂਦੇ। ਹਾਂਜੀ, ਤੁਸੀਂ ਦੇਖੋ TADA ਫਾਈਨਾਂਸ ਕਮਿਸ਼ਨ ਦਾ ਦਿੱਤਾ ਇਹਨਾਂ ਨੇ, ਗਾਲਾਂ ਕੱਢਦੇ ਪ੍ਰੋਫੈਸਰ ਟੰਕੀਆਂ ਦੇ, ਹਰ ਬੰਦਾ ਧਰਨੇ ਦੇ ਉੱਤੇ। ਹਾਂਜੀ, ਪੈਨਸ਼ਨਾਂ ਖੋਲੀਆਂ ਲੋਕਾਂ ਦੀਆਂ, ਪੈਨਸ਼ਨਾਂ ਖੋਲੀਆਂ, ਮੈਂ ਸਾਰਾ ਲਿਖਿਆ ਇਹਦੇ 'ਚ ਟਕਾ ਕੇ। ਫਿਰ ਤੂੰ ਕਹਿੰਦਾ ਸੀਗਾ ਸ਼ੇਖ ਚਿੱਲੀ ਵਾਲਾ ਕਹਿੰਦਾ ਤੇਰਾ, ਸ਼ੇਖ ਚਿੱਲੀ ਵੀ ਮਾਤ ਕਰਤਾ ਮਿੱਤਰਾ ਤੂੰ, ਤੂੰ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮ ਆ, ਉਹ ਕਹਿੰਦੇ ਨੇ ਝੰਡਾ ਬਰਦਾਰ ਹੈ। ਕਈ ਫਸਲਾਂ ਤੇ MSP 50 ਮਿੰਟ ਹੋ ਫਿੱਟੇ ਮੂੰਹ ਤੁਹਾਡੇ ਸਰਕਾਰ ਚਲਾਉਣ ਵਾਲਿਆਂ ਦੇ, ਤੁਹਾਡੇ ਨਾਲ ਵੱਡੇ ਨਾਰੀ ਨਹੀਂ ਦੇਖੇ ਮੈਂ ਤਾਂ, ਤੁਹਾਡੇ ਜਵਾਬ। ਦੋ ਫਸਲਾਂ ਚੱਕਦੀ ਹੈ ਸੈਂਟਰ ਦੀ ਸਰਕਾਰ 75,000 ਕਰੋੜ, ਵੀ ਤੂੰ ਉਹਨਾਂ ਨੂੰ ਇਹ ਕਿਹਾ ਵੀ ਐਸੈਂਸ਼ੀਅਲਸ ਜਿਹੜੇ ਨੇ ਤੂੰ ਕਹਿੰਦਾ ਦਾਲਾਂ ਚੱਕਾਂਗੇ ਅਸੀਂ, ਕਿਹੜੀ ਦਾਲ ਚੱਕੀ ਦੱਸ? ਮੱਕੀ ਅੱਧੇ ਰੇਟ ਤੇ ਨਹੀਂ ਚੱਕੀ, ਉਹਨਾਂ ਕਹਿ ਐਸੈਂਸ਼ੀਅਲਸ ਤੇ ਸਾਨੂੰ ਤੁਸੀਂ ਵਰਤਿਆ ਭਾਈ, ਸਟੇਟ ਨੂੰ ਵਰਤਿਆ, ਤੁਸੀਂ ਸਾਨੂੰ ਇੰਨਾ ਕਹੋ ਦਿਓ ਕਿ ਆਇਲ ਸੀਡ ਤੁਸੀਂ ਇੰਪੋਰਟ ਕਰ ਦਿਓ। 1,75,000 ਕਰੋੜ ਰੁਪਏ ਦੇ ਆਇਲ ਸੀਡ ਇੰਡੀਆ ਇੰਪੋਰਟ ਕਰਦਾ, ਦਾਲਾਂ ਇੰਪੋਰਟ ਕਰਦਾ, ਭਾਈ ਤੁਸੀਂ ਨਾ ਇੰਪੋਰਟ ਕਰੋ ਜੀ, ਸਾਥੋਂ ਲੈ ਲਓ, ਅਸੀਂ ਤੁਹਾਡੀ ਸੇਵਾ ਕੀਤੀ 2-3 ਦਿਨ। ਜੇ ਕਿਸਾਨ ਵੀਰ ਨਹੀਂ ਮੰਨਦੇ ਤੂੰ ਕਹਿ ਭਾਈ ਸਰਕਾਰ ਅਸੀਂ ਕਰਾਂਗੇ ਸੈਂਟਰ ਨਾਲ ਰਲ ਕੇ, ਕੀ ਕੀਤਾ ਤੁਸੀਂ? ਤੂੰ ਬੈਠ ਕੇ ਵਿੱਚ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਢੱਠੇ ਖੂਜ, ਤੁਹਾਡਾ ਵੋਟ ਬੈਂਕ ਪੋਲਿਟਿਕਸ ਸਹੀ ਰਹੇ, ਤੂੰ ਕੰਟਰੈਕਟ ਫਾਰਮਿੰਗ ਨੂੰ ਤੋਰ ਰਿਹਾ, ਉਹਨੂੰ ਗੁਲਾਮ ਬਣਾ ਰਿਹਾ ਕਿ ਮੈਨੂੰ ਵੋਟਾਂ ਪਾ ਦੇ। ਉਹ ਤੂੰ ਜਿੱਤ ਕੇ ਵੀ ਸਭ ਤੋਂ ਵੱਡਾ ਹਾਰਿਆ ਹੋਇਆ ਬੰਦਾ, ਤੈਨੂੰ ਲੋਕ ਇਹੋ ਜਿਹਾ ਪੜ੍ਹਨੇ ਪਾਉਣਗੇ। ਮੱਛੀ ਮਾਰਕੀਟ ਬਣਾ ਦਿੱਤੀ ਤੁਸੀਂ, ਲੈਜਿਸਲੇਚਰ ਦੀ ਗਰਮਾ ਖਤਮ ਕਰਤੀ, ਤੇਰਾ ਮੁੰਡਾ ਹੈ, ਤੇਰੀ ਬੀਬੀ ਹੈ, ਤੂੰ ਸਮਗਲਰ ਹੋਏ, ਤੂੰ ਫਲਾਨਾ ਹੋ, ਇਹਦਾ ਪੰਜਾਬ ਕਿੱਦਾਂ ਉੱਤੇ ਆਊਗਾ? 17 adjustments, 17 adjustments. What is the one policy that you have framed with budget reallocation? Policy ਨਾਲ ਹੀ ਆਓ ਪੰਜਾਬ ਤੇ, ਦੱਸ ਕਿਹੜੀ ਪਾਲਿਸੀ ਬਣਾਈ ਹੈ ਤੂੰ? ਤੁਹਾਡੇ ਕੋਲ ਐਗਰੀਕਲਚਰ ਦੀ ਪਾਲਿਸੀ, ਕਿਉਂਕਿ ਬਜਟ 13,000 ਕਰੋੜ ਦਾ, 9,000 ਤੋਂ ਉੱਤੇ ਸਬਸਿਡੀਆਂ ਨੇ, 3,000 ਕਰੋੜ ਰੁਪਇਆ ਤਨਖਾਹਾਂ ਨੇ, ਫੜ ਲਓ ਪੂਛ। ਇਹ ਪੜ੍ਹੇ ਲਿਖੇ ਬੰਦੇ ਨਾਲ ਜਵਾਬ ਦੇ, ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰ। ਤੂੰ ਤਾਂ ਉਹ ਜਵਾਬ ਨਹੀਂ ਦੇ ਸਕਿਆ ਵੀ ਤੂੰ ਮੇਰੇ ਕੋਲ ਆਇਆ ਸੀ ਆਫਰ ਲੈ ਕੇ, ਲੋਕਾਂ ਨੂੰ ਉਂਗਲਾਂ ਚੱਕਣਾ, ਕਿਸੇ ਨੂੰ ਭਾਜਪਾ ਕਹਿਣਾ, ਕਿਸੇ ਤੇ ਹੋਰ ਉਂਗਲ ਚੱਕਦਾ, ਫਿਰ ਦੇ ਕਾਰਵਾਈ ਕਰ, ਅੰਦਰ ਦੇ ਦੇ।
ਉਕਰਾਈਆਂ ਕਰਨੀਆਂ ਹੈ। ਜਿਹੜਾ ਲੈਜਿਸਲੇਟਿਵ ਡਿਸਫੰਕਸ਼ਨ ਹੈ, ਲੈਜਿਸਲੇਚਰ ਦੀ ਗਰਮਾ ਖਤਮ ਹੋ ਚੁੱਕੀ ਹੈ। ਵਿਧਾਨ ਸਭਾ ਦੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ MLA ਹੁੰਦਾ ਕੀ ਹੈ। MLA ਕਾਨੂੰਨ ਬਣਾਉਣ ਵਾਸਤੇ ਹੈ, ਗੱਦੇ ਚੈੱਕ ਕਰਨ ਵਾਸਤੇ ਨਹੀਂ, ਪ੍ਰਿੰਸੀਪਲ ਚੈੱਕ ਕਰਨ ਵਾਸਤੇ ਨਹੀਂ, ਵਾਈਸ ਚਾਂਸਲਰ ਚੈੱਕ ਕਰਨ ਵਾਸਤੇ ਨਹੀਂ ਹੁੰਦਾ। ਉਹਦਾ ਦਰਜਾ ਚੀਫ ਸੈਕਟਰੀ ਤੋਂ ਉੱਚਾ ਹੁੰਦਾ ਹੈ। ਨਾ ਚ ਨਾ ਜਾਣੇ ਆਂਗਨ ਟੇਢਾ, ਥੋੜਾ ਤਾਂ ਆਂਗਨ ਵੀ ਟੇਢਾ ਨਹੀਂ ਹੈ, ਤੁਸੀਂ ਤਾਂ ਨਾਲੀ ਹੋ, ਨਾਲੀ ਟੱਕਰ ਕੇ ਪੰਜਾਬ ਨੂੰ ਲੜੂੰਗਾ, ਅੰਤ ਤੱਕ ਲੜੂੰਗਾ। ਤੂੰ ਜਵਾਬਾਂ ਤੋਂ ਭੱਜਦਾ ਰਹਿ, ਮੇਤੋਂ ਕੱਜ ਤੱਕ ਭੱਜੇਗਾ। ਭਾਗ ਭਗਵੰਤ ਮਾਨ, ਭਾਗ ਕੇ ਜਨਤਾ ਆਤੀ ਹੈ ਸਿੰਘਾਸਨ ਖਾਲੀ ਕਰ ਬੇਟਾ। ਕਹਿੰਦਾ ਨਾ ਜੱਜ ਉਸੇ ਨਾਤੇ ਕਹਿ ਰਿਹਾ, ਫਾਰਮਰਾਂ ਦੀ ਗੱਲ ਕਰ। ਇਹ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਫਰਵਰੀ ਚ ਆਊ, ਮਾਰਚ ਦੇ ਬਾਅਦ ਇੱਕ ਵੀ ਫਾਰਮਰ ਸੁਸਾਇਟੀ ਨਹੀਂ। ਦੇਖੋ ਕਿਤੇ ਕਿਤੇ ਝੂਠ ਮਾਰ ਕੇ ਭੱਜਦੇ ਨੇ। ਲਾਅ ਐਂਡ ਆਰਡਰ ਐਸੀ ਕੰਮ ਕਰਾਂਗੇ ਵੀ ਸ਼ਾਂਤੀ ਕਾਇਮ ਕਰ ਦੇਵੋ, ਇਸ ਤੋਂ ਵੱਡੀ ਭ੍ਰਾਂਤੀ ਹੈ। ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ, ਕਿਉਂਕਿ ਤੁਸੀਂ ਰੇਤੇ ਦੀ ਟਰਾਲੀ 23,000 ਰੁਪਏ ਦੀ ਵੇਚ ਰਹੇ ਹੋ, ਜਿਹੜੀ ਚਰਜੀ ਚਨੀ ਦੇ ਟਾਈਮ ਦੇ ਉੱਤੇ 3,000 ਦੀ ਵਿਕਦੀ ਸੀ। ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ, ਜਾਲੀ ਸ਼ਰਾਬ ਬਣਾ ਰਹੇ ਹੋ, ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ। ਦੱਸ ਐਲਵਨ ਦੇ ਲਾਇਸੈਂਸ ਕਿਹਨੂੰ ਦਿੱਤੇ ਭਗਵੰਤ? ਓਏ ਗੁਰੂ ਦੇ ਜਵਾਬ ਦੱਸ, ਠੱਗੀ ਠੱਗੀ ਕੀਤੀ ਨਹੀਂ? 13,000 ਕਰੋੜ ਰੁਪਏ ਤੁਹਾਨੂੰ ਕਹਿੰਦਾ ਚੋਰ ਹੈ, ਠੁੱਕ। ਦੱਸ ਕਿਹਨੂੰ ਦਿੱਤੇ 13,000 ਕਰੋੜ ਰੁਪਏ? ਤਾਮਿਲਨਾਡੂ 45,000 ਕਰੋੜ ਰੁਪਏ ਕਿੱਥੋਂ ਕਮਾ ਲੈਂਦਾ ਮਿੱਤਰਾ? 2,000 ਤੇ ਸੀ ਤੁਹਾਡੇ ਨਾਲ ਅੱਧੀ ਦਾਰੂ ਦੀ ਖਪਤ, 30,000 ਕਰੋੜ ਰੁਪਏ ਤੇਲੰਗਾਨਾ, 30 ਕਰਨਾਟਕਾ, ਤੁਹਾਡੇ ਸੁਰਖਾ ਤੇ ਪਰ ਲੱਗੇ ਹੋਏ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ, ਗਿਰਵੀ ਰੱਖੀ ਜਾਓਗੇ ਤੇ ਲੋਕਾਂ ਤੋਂ ਲੁਕੋਈ ਜਾਓ। ਨਹੀਂ ਕੀਤਾ ਜੀ ਸਰਦਾਰ ਰਣਜੀਤ ਸਿੰਘ ਘੁੰਮਣ ਨੇ ਤੈਨੂੰ ਰਿਕਮੈਂਡ ਤੇਰੇ ਫਾਈਨੈਂਸ ਮਿਨਿਸਟਰ ਨੂੰ, ਤੇ ਤੁਹਾਨੂੰ ਵੀ ਆਹ ਕੰਮ ਕਰੋ, ਇੱਥੋਂ ਜਨਰੇਸ਼ਨ ਨੂੰ ਫੰਡ ਦੀ ਉਹ ਸਬਸਿਡੀਆਂ ਦਿਓ। ਮੈਂ ਸਬਸਿਡੀਆਂ ਦੇ ਹੱਕ ਚਾਂ, ਜ਼ਰੂਰ ਦਿਓ ਜਿਹੜੇ, ਪਰ ਅਨਟਾਰਗੇਟਿਡ ਸਬਸਿਡੀਆਂ ਨਾ ਦਿਓ। ਮੈਨੂੰ ਕੀ ਲੋੜ ਹੈ 10 ਰੁਪਏ ਬਿਜਲੀ ਦੀ? ਇਹਨਾਂ ਨੂੰ ਕੀ ਲੋੜ ਹੈ? ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਦਿਓ। ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਚਲਕਾਉਣ ਲਈ ਅਨਟਾਰਗੇਟਿਡ ਸਬਸਿਡੀਆਂ ਦੇਈਆਂ ਨੇ।